स्वागत करते हैं जी एक बार फिर आप सब दा इस रिलीजियस सेगमेंट में। एक सीरीज असी शुरू की है जिस के गुरु नानक देव जी ओंकार बाणी में की उपदेश करते हैं उसनों मुख रख के ज्ञानी शरणजीत सिंह जी जो साढ़े मेहमान होंगे ने गुरुद्वारा साहिब रुख साहिब तो वो सांझ पाया करते हैं। सो इसी सफर में आओ मुड़ तो तुम जोड़ दें तो अठवीं पौड़ी के गुरु साहब की कह रहे हैं आओ जानकारी लेने ज्ञानी शरणजीत सिंह जी तो ज्ञानी जी जय नो वाहेगुरु जी का खालसा वाहेगुरू जी की फतेह जी। सो ज्ञानी जी अठवीं पौड़ी के गुरु साहब की उपदेश कर रहे हैं जी। सतगुरु जी अठवीं पौड़ी में कृपा करते हैं कि वह अकाल पुरख परमेश्वर जो सारे संसार में एक रस व्यापक है अपने मन में उस परमेश्वर के नाम को वसाओ तो द्वैत पाओ माया कर्मकांड पखंड आदक इन्हों तो बच के सच्चार जीवन जीवन के राह पर चलो जी। ऊरम धूरम जोत उजाला हे भाई ओ परमेश्वर जो ऊरम का वाओ उपर हे भाई ओ परमेश्वर जो इस धरती दे उत्ते ते तूरम दा पाओ आकाश तूआं जो परमेश्वर धरती अते आसमान सारे संसार विच अपनी जोत दा प्रकाश कर रहा है हे पांडे अपने हिरदे विच उस परमेश्वर दे नाम नूं लिख जी। जो तू माया दे जंजाल विच फसिया होया है हे भाई परमेश्वर दे नाम नूं अपने हिरदे धरती दे उत्ते उकर जी। तीन भवन में गुर गोपाला गुर दा भाव इत्थे है वड्डा सब तो वड्डा गोपाला धरती दा पालनहार हे भाई सारी धरती दे उत्ते तिन्ने पवनां दे विच ओ परमेश्वर जो सर्व समर्थावान है ओ सारे संसार विच इक रस व्यापक है हे भाई उस मालक नूं अपने हिरदे विच वसा उगव्या असरूप दिखावै हे भाई जिस मनुख दे उत्ते कृपा करके ओ अकाल पुरख परमेश्वर अपना रूप प्रगट कर देंदा है उगविया असरूप दिखावे अपना आप प्रगट कर देंदा है कहणगे जे उस परमेश्वर नूं सदा मन च वसाया जाए कर कृपा अपने घर आवे गुरु दी शरण विच पै के मालक दी कृपा दे पात्र बन के उस परमेश्वर नूं अपने हिरदे घर विच टिकाया जांदा है हे भाई अपनी मत त्याग के केवल किसी खास मूर्ति दे विच किसी खास मंदिर विच उस रब नू ना जान के उस मालक नू सबना दे अंदर वसिया जान के अपने हिरदे च प्रगट कर उस दे गुणा नू। भगत कबीर जी का बड़ा प्यारा शब्द है एक जिस दे विच उन्होंने समझाया कि परमेश्वर जे तुसी केवल एक दिशा दे विच जे किसी एक मंदिर दे विच किसी काबे विच एक थां ते मन लोगे ਤਾਂ ਭਾਈ ਇਹ ਸਾਰਾ ਸੰਸਾਰ ਕਿਸ ਦੇ ਆਸਰੇ ਖੜਿਆ ਹੋਏਗਾ ਰਾਈਟ ਜੋ ਜੇ ਪਰਮਾਤਮਾ ਕੇਵਲ ਇੱਕ ਮੰਦਰ ਦੇ ਵਿੱਚ ਹੈ ਤਾਂ ਫਿਰ ਸਾਰਾ ਸੰਸਾਰ ਕਿਹਦੇ ਆਸਰੇ ਚੱਲੇਗਾ ਭਗਤ ਕਬੀਰ ਜੀ ਕਹਿੰਦੇ ਨੇ ਭਾਈ ਉਹ ਪਰਮੇਸ਼ਰ ਤਾਂ ਸਾਰੇ ਸੰਸਾਰ ਵਿੱਚ ਇੱਕ ਰਸ ਵਿਆਪਕ ਹੈ ਉਸਨੂੰ ਕਿਸੇ ਪੱਛਮ ਦੇਸ਼ ਹਰੀਕਾ ਵਾਸਾ ਦੱਖਣ ਅੱਲਾ ਮੁਖਾਮਾ ਦਿਲ ਮੈਂ ਖੋਜ ਦਿਲੇ ਦਿਲ ਖੋਜੋ ਇਹੀ ਠੋਰ ਮੁਕਾਮਾ ਪਰਮਾਤਮਾ ਤੇਰੇ ਦਿਲ ਵਿੱਚ ਵਸਦਾ ਭਾਈ ਕਿਸੇ ਇੱਕ ਮੰਦਰ ਵਿੱਚ ਕਿਸੇ ਇੱਕ ਖਾਸ ਦਿਸ਼ਾ ਵਿੱਚ ਨਾ ਜਾਣ ਉਹ ਸਾਰਿਆਂ ਦੇ ਅੰਦਰ ਵਸਿਆ ਹੋਇਆ ਹੈ ਗੁਰੂ ਦੇ ਸ਼ਬਦ ਦੇ ਨਾਲ ਜੁੜ ਕੇ ਹੇ ਭਾਈ ਉਸਨੂੰ ਆਪਣੇ ਅੰਦਰ ਪਛਾਣ ਆਪਣੇ ਅੰਦਰ ਪ੍ਰਗਟ ਕਰ ਰਾਈਟ ਸੋ ਇਸ ਚੀਜ਼ ਤੋਂ ਇੱਕ ਸਾਬਤ ਗੱਲ ਫਿਰ ਮੁੜ ਤੋਂ ਹੋ ਜਾਂਦੀ ਕਿ ਅਸੀਂ ਅੱਜ ਕਈ ਥਾਵਾਂ ਨੂੰ ਜ਼ਿਆਦਾ ਮਹੱਤਤਾ ਦੇ ਰਹੇ ਹਾਂ ਜਾਂ ਕਈ ਦਿਸ਼ਾਵਾਂ ਵਾਲੇ ਪਾਸੇ ਅਸੀਂ ਸੋਚ ਰਹੇ ਹਾਂ ਅਤੇ ਈਵਨ ਸਾਡੇ ਘਰਾਂ ਦੇ ਵਿੱਚ ਵੀ ਇਹ ਗੱਲ ਪਹੁੰਚ ਗਈ ਸਿੱਖਾਂ ਦੇ ਕਿ ਵਾਸਤੂ ਦਾ ਲੈ ਕੇ ਸਹਾਰਾ ਸਾਡੇ ਘਰਾਂ ਦਾ ਜਿਹੜੀ ਦਿਸ਼ਾ ਹੈ ਇਸ ਪਾਸੇ ਹੋਣੀ ਚਾਹੀਦੀ ਹੈ ਜਾਂ ਮਹੂਰਤ ਕੱਢਿਆ ਜਾਂਦਾ ਹੈ ਇਹ ਸਮਾਂ ਬਿਹਤਰ ਹੈ ਅਤੇ ਇਹ ਨਹੀਂ ਹੈ ਪਰ ਅਗੇਨ ਗੁਰੂ ਸਾਹਿਬ ਤਾਂ ਇੱਥੇ ਸਪਸ਼ਟ ਤੌਰ ਦੇ ਉੱਤੇ ਕਹਿ ਰਹੇ ਨੇ ਕਿ ਜੀ ਇਹ ਸਾਰੀਆਂ ਚੀਜ਼ਾਂ ਤੋਂ ਤੁਸੀਂ ਬਚਣਾ ਹੈ ਪਰ ਉਸ ਦੇ ਬਾਵਜੂਦ ਅਸੀਂ ਇਹਨਾਂ ਚੀਜ਼ਾਂ 'ਚ ਗ੍ਰਸਤ ਹੁੰਦੇ ਜਾ ਰਹੇ ਹਾਂ ਇਹਦੇ ਮੁਤਲਕ ਕੀ ਕਹਿਣਾ ਚਾਹੁੰਦੇ ਬਹੁਤ ਬੁਰਾ ਹਾਲ ਹੈ ਜੀ ਇਹ ਹਾਲ ਤਾਂ ਹੈ ਕਿਉਂਕਿ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਤਾਂ ਹੈ ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰ ਸਾਡੇ ਕੋਲ ਨਹੀਂ ਹੈ ਠੀਕ ਮੈਂ ਕਈ ਘਰਾਂ 'ਚ ਅਸੀਂ ਜਾਂਦੇ ਹਾਂ ਅਤੇ ਉਹ ਲੋਕ ਇਸ ਵਿਚਾਰ 'ਚ ਪਏ ਰਹਿੰਦੇ ਨੇ ਕਿ ਜੀ ਹੁਣ ਅਸੀਂ ਜੇ ਪ੍ਰਕਾਸ਼ ਕਰਨਾ ਗੁਰੂ ਗ੍ਰੰਥ ਸਾਹਿਬ ਜੀ ਦਾ ਉਹ ਚੜ੍ਹਦੇ ਪਾਸੇ ਕਰਨਾ ਕਿਸ ਦਿਸ਼ਾ ਵਿੱਚ ਮੂੰਹ ਕਰਕੇ ਜਿਹੜੇ ਗੁਰੂ ਸਾਹਿਬ ਜੀ ਇਹਨਾਂ ਸਾਰੇ ਵਹਿਮਾਂ 'ਚੋਂ ਸਾਨੂੰ ਕੱਢ ਰਹੇ ਨੇ ਉਹਨਾਂ ਦਾ ਪ੍ਰਕਾਸ਼ ਕਰਨ ਲੱਗੇ ਜੇ ਸਿੱਖ ਨੇ ਵਹਿਮ ਕਰਨਾ ਫਿਰ ਕਿੱਥੇ ਜਾਏਗਾ ਜੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨਾ ਘਰ ਦੇ ਵਿੱਚ ਅਤੇ ਬੰਦੇ ਨੇ ਜਾ ਕੇ ਪੰਡਿਤ ਨੂੰ ਪਹਿਲਾਂ ਪੁੱਛਣਾ ਕਿ ਮੈਂ ਕਿਸ ਦਿਨ ਗੁਰੂ ਗ੍ਰੰਥ ਸਾਹਿਬ ਨੂੰ ਘਰ ਲੈ ਕੇ ਆਵਾਂ ਤਾਂ ਫਿਰ ਕਿੱਥੇ ਸਿੱਖ ਜਾਏਗਾ ਅਸਲ ਬਸ ਰੀਜ਼ਨ ਇਹੀ ਹੈ ਕਿ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰ ਨਹੀਂ ਹੈ ਅਸੀਂ ਮੱਥਾ ਗੁਰੂ ਗ੍ਰੰਥ ਸਾਹਿਬ ਨੂੰ ਟੇਕ ਰਹੇ ਹਾਂ ਪਰ ਸਾਡੀ ਮਤ ਵਿੱਚ ਵਿਚਾਰ ਬ੍ਰਾਹਮਣ ਦੀ ਹੀ ਟਿਕੀ ਹੋਈ ਹੈ ਕਰਮਕਾਂਡ ਦੀ ਹੀ ਟਿਕੀ ਹੋਈ ਹੈ ਅਸੀਂ ਗੁਰਦੁਆਰੇ ਆਉਂਦੇ ਹਾਂ ਮੱਥਾ ਟੇਕਦੇ ਹਾਂ
ਪਰ ਗੁਰਦੁਆਰੇ ਮੱਥਾ ਟੇਕਦੇ ਹਾਂ ਅਸੀਂ ਪੰਡਿਤ ਦੇ ਕਹਿਣ ਦੇ ਨਾਲ। ਸ਼ਨੀਵਾਰ ਨੂੰ ਅਸੀਂ ਕਾਲੀ ਦਾਲ ਲੈ ਕੇ ਆਉਣੀ ਹੈ, ਮੰਗਲਵਾਰ ਨੂੰ ਅਸੀਂ ਪੀਲਾ ਪ੍ਰਸ਼ਾਦ ਲੈ ਕੇ ਆਉਣਾ ਹੈ, ਫਲਾਣੇ ਦਿਨ ਕਿਹੜੇ ਲੈ ਕੇ ਆਉਣੇ ਨੇ ਇਹ ਪ੍ਰਸ਼ਾਦ। ਮੈਂ ਇੱਕ ਨੂੰ ਪੁੱਛਿਆ ਸੱਜਣ ਨੂੰ ਇੱਕ ਨੂੰ, ਉਹ ਕਹਿੰਦਾ ਜੀ ਮੈਂ ਤਾਂ ਅੱਜ ਦਾਲ ਤਾਂ ਲਿਆਇਆ ਸੀ, ਮੈਨੂੰ ਪੰਡਿਤ ਨੇ ਦੱਸਿਆ, ਸੱਚੀ ਸੱਚੀ ਦੱਸਦਾ ਉਹਨੇ। ਸੋ ਇਹ ਚੀਜ਼ਾਂ ਗੁਰਦੁਆਰਿਆਂ ਦੇ ਵਿੱਚ ਦਿਨ ਦੇ ਹਿਸਾਬ ਨਾਲ ਤੁਹਾਡੇ ਸਾਹਮਣੇ ਆਉਂਦੀਆਂ ਨੇ? ਬਿਲਕੁਲ ਜੀ, ਹਾਂ ਦਿਨਾਂ ਦੇ ਹਿਸਾਬ ਦੇ ਨਾਲ ਆਉਂਦੀਆਂ ਕਿ ਅੱਜ ਪੀਲਾ ਪ੍ਰਸ਼ਾਦ ਆਉਣਾ, ਅੱਜ ਹਰੇ ਰੰਗ ਦਾ ਪ੍ਰਸ਼ਾਦ ਆਉਣਾ, ਅੱਜ ਕਾਲੀ ਦਾਲ ਆਉਣੀ। ਜੇ ਮੈਂ ਪੁੱਛਿਆ ਉਹ ਕਹਿੰਦਾ ਜੀ ਪੰਡਿਤ ਨੇ ਦੱਸਿਆ ਜੀ ਤਾਂ ਮੈਂ ਲੈ ਕੇ ਆਇਆ। ਇਹਨਾਂ ਵਹਿਮਾਂ 'ਚੋਂ ਸਤਿਗੁਰੂ ਸਾਨੂੰ ਕੱਢਿਆ ਅਤੇ ਅਸੀਂ ਫਿਰ ਮੁੜ ਮੁੜ ਕੇ ਜਾ ਰਹੇ ਹਾਂ। ਇਹਦਾ ਰੀਜ਼ਨ ਇਹੀ ਹੈ ਕਿ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨਹੀਂ ਹੈ, ਅਸੀਂ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਨਹੀਂ ਮੰਨ ਰਹੇ। ਕਰਮਕਾਂਡਾਂ 'ਚ ਪਏ, ਅਸੀਂ ਅਖੰਡ ਪਾਠ ਵੀ ਕਰਾ ਲਵਾਂਗੇ, ਲੰਗਰ ਵੀ ਲਾ ਲਵਾਂਗੇ, ਅਸੀਂ ਹੋਰ ਬੜਾ ਧਨ ਵੀ ਖਰਚ ਕਰ ਲਵਾਂਗੇ, ਪਰ ਗੁਰੂ ਦੀ ਸਿੱਖਿਆ ਮੰਨਣ ਦਾ ਸਾਡੇ ਕੋਲ ਸਮਾਂ ਨਹੀਂ ਹੈ। ਭਗਤ ਕਬੀਰ ਜੀ ਦਾ ਬੜਾ ਪਿਆਰਾ ਸ਼ਬਦ ਹੈ, ਕਹਿਣ ਲੱਗੇ ਕਬੀਰ ਮਨ ਜਾਣਤ ਸਭ ਬਾਤ, ਜਾਣਤ ਹੀ ਔਗਨ ਕਰੇ ਕਾਹੇ ਕੀ ਕੁਸ਼ਲਾਤ, ਹਾਥ ਦੀਪ ਕੂਏ ਪਰੇ। ਕੋਈ ਮਨੁੱਖ ਅੰਨਾ ਹੋਵੇ ਅਤੇ ਉਹ ਖੂਹ 'ਚ ਡਿੱਗੇ ਤਾਂ ਮੰਨਿਆ ਜਾ ਸਕਦਾ, ਜੇ ਰਾਤ ਹੋਵੇ ਹਨੇਰੇ 'ਚ ਬੰਦਾ ਠੇਡਾ ਖਾ ਕੇ ਡਿੱਗ ਜਾਏ ਮੰਨਿਆ ਜਾ ਸਕਦਾ, ਜਿਸਦੇ ਹੱਥ ਦੇ ਉੱਤੇ ਦੀਵਾ ਰੱਖਿਆ ਹੋਇਆ ਉਹ ਕਿਵੇਂ ਡਿੱਗੇਗਾ। ਜੇ ਉਹ ਵੀ ਡਿੱਗਦਾ ਖੂਹ 'ਚ ਫਿਰ ਉਹਨੂੰ ਬਚਾਉਣ ਵਾਲਾ ਕੋਈ ਨਹੀਂ ਹੈ। ਇਹ ਹਾਲਤ ਅੱਜ ਸਿੱਖਾਂ ਦੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਲਾਈਟ ਸਾਡੇ ਕੋਲ ਹੈ, ਫਿਰ ਵੀ ਅਸੀਂ ਵਹਿਮਾਂ ਭਰਮਾਂ 'ਚ ਪਏ ਹੋਏ ਹਾਂ, ਜਿਨ੍ਹਾਂ ਤੋਂ ਸਤਿਗੁਰੂ ਨੇ ਸਾਨੂੰ ਵਰਜਿਆ ਉਹਨਾਂ ਕਰਮ ਕਾਂਡਾਂ 'ਚ ਮੁੜ ਮੁੜ ਕੇ ਅਸੀਂ ਪੈਂਦੇ ਜਾ ਰਹੇ ਹਾਂ। ਲੋੜ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਗਿਆਨ ਪ੍ਰਾਪਤ ਕਰਕੇ ਅਤੇ ਇਹ ਗਿਆਨ ਖਿਮਾ ਕਰ ਦੇਣਾ। ਅਖੰਡ ਪਾਠਾਂ ਦੀ ਲੜੀਆਂ ਲਾ ਕੇ ਨਹੀਂ ਮਿਲਣਾ, ਸੌ ਸੌ ਪਾਠ ਇਕੱਠੇ ਕਰਕੇ ਨਹੀਂ ਮਿਲਣਾ, ਅਖੰਡ ਪਾਠ ਦੀ ਲੜੀਆਂ ਕਰਕੇ ਨਹੀਂ ਮਿਲਣਾ, ਹੋਰ ਜਲਧਾਰੇ ਕੱਟ ਕੇ ਨਹੀਂ ਮਿਲਣਾ, ਲੰਗਰ ਲਾ ਕੇ ਨਹੀਂ ਮਿਲਣਾ, ਇਹ ਗਿਆਨ ਮਿਲਣਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਆਪਣੇ ਆਪ ਪੜ੍ਹ ਕੇ, ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੂੰ ਆਪ ਸਮਝਣਾ ਹੈ ਅਤੇ ਗੁਰਮੁਖ ਸੱਜਣਾਂ ਦੇ ਨਾਲ ਬੈਠ ਕੇ ਵਿਚਾਰ ਵਟਾਂਦਰਾ ਕਰਨਾ ਹੈ। ਲੜਾਈ ਨਹੀਂ, ਝਗੜਾ ਨਹੀਂ, ਪਰ ਕੁਛ ਸਮਝਣ ਵਾਸਤੇ, ਸਿੱਖਣ ਵਾਸਤੇ ਗੁਰੂ ਦੀ ਵਿਚਾਰ ਆਪਣੇ ਅੰਦਰ ਧਾਰਨ ਕਰਨੀ ਪਵੇਗੀ, ਤਾਂ ਅਸੀਂ ਇਹਨਾਂ ਵਹਿਮਾਂ ਭਰਮਾਂ ਤੋਂ ਬਚ ਸਕਾਂਗੇ। ਇਹਦੇ ਨਾਲ ਹੀ ਜੁੜੀ ਚੀਜ਼ ਆ ਜਾਂਦੀ ਭਾਈ ਸਾਹਿਬ, ਜਿੱਥੇ ਦਿਸ਼ਾ ਦੀ ਅਸੀਂ ਗੱਲ ਕਰਦੇ ਸੀ, ਦਿਨ ਵੀ ਜਿਹੜੇ ਹੈਗੇ ਨੇ ਕਈ ਉਹਨਾਂ ਦੀ ਵੀ ਮਹੱਤਤਾ ਜ਼ਿਆਦਾ ਕਰ ਰਹੇ ਹਾਂ, ਪੂਰਨਮਾਸ਼ੀ ਹੋ ਗਈ, ਸੰਗਰਾਂਦ ਹੋ ਗਈ, ਇਹ ਚੀਜ਼ਾਂ ਜਿਹੜੀਆਂ ਨੇ, ਇਸਦਾ ਮਤਲਬ ਕਿ ਇਹ ਵੀ ਬਿਲਕੁਲ ਅਨੁਕੂਲ ਨਹੀਂ ਗੁਰਮਤਿ ਦੇ? ਬਿਲਕੁਲ ਬਿਲਕੁਲ ਉਲਟ ਨੇ ਜੀ। ਕਿਸੇ ਦਿਨ ਦੀ ਵਿਚਾਰ ਗੁਰਬਾਣੀ ਸਤਿਗੁਰੂ ਨੇ ਆਖਿਆ ਹੈ, ਕਹਿਣਗੇ ਸਾਹਾ ਗਣੇ ਨਾ ਕਰੇ ਵਿਚਾਰ, ਸਾਹੇ ਉੱਪਰ ਏਕੰਕਾਰ। ਪੰਡਿਤ ਜਿਹੜੇ ਨੇ ਉਹ ਸਾਹਾ ਕੱਢਦੇ ਨੇ, ਸਗਨ ਕੱਢਦੇ ਨੇ, ਮੂਰਤ ਕੱਢਦੇ ਨੇ, ਅਤੇ ਸਤਿਗੁਰੂ ਨੇ ਆਖਿਆ ਭਾਈ ਕੋਈ ਦਿਨ ਕੋਈ ਸਮਾਂ ਕੋਈ ਵੀ ਚੰਗਾ ਨਹੀਂ ਅਤੇ ਕੋਈ ਮਾੜਾ ਨਹੀਂ, ਕਿਉਂਕਿ ਪੂਰੇ ਕਾ ਕੀ ਆ ਸਭ ਕੁਛ ਪੀਆ ਪੂਰਾ। ਕਹਿਣ ਲੱਗੇ ਸਾਹੇ ਉੱਪਰ ਏਕੰਕਾਰ, ਸਭ ਤੋਂ ਉੱਪਰ ਸਾਹ ਤਾਂ ਪਰਮਾਤਮਾ ਹੈ, ਉਸ ਪਰਮਾਤਮਾ ਦੇ ਨਾਮ ਦੇ ਨਾਲ ਜੁੜੋ। ਆਪਾਂ ਥਾਂ ਦੀ ਗੱਲ ਕਰਦੇ ਸੀ ਕਿ ਕੋਈ ਉਹਨੂੰ ਕਿਸੇ ਦੀ ਸਾਹ ਮੰਨਦਾ, ਕੋਈ ਕਿਸੇ ਮੰਦਰ 'ਚ ਮੰਨਦਾ ਹੈ, ਅੱਜ ਸਾਡੇ ਨਾਲ ਵੀ ਇਸੇ ਤਰ੍ਹਾਂ ਹੋ ਰਿਹਾ ਹੈ ਕਿ ਦਰਬਾਰ ਸਾਹਿਬ ਜਦੋਂ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਜੀ ਦਾ ਹੁੰਦਾ ਹੈ, ਸਵੇਰ ਨੂੰ ਪਾਲਕੀ 'ਤੇ ਲੈ ਕੇ ਆਉਂਦੇ ਨੇ ਮਹਾਰਾਜ ਨੂੰ, ਉੱਥੇ ਲੋਕ ਮਰਦੇ ਨੇ ਕਿ ਮੈਂ ਵੀ ਮੋਢਾ ਦੇ ਦੇਵਾਂ, ਮੈਂ ਮੋਢਾ, ਮੇਰਾ ਪਵਿੱਤਰ ਪਾਲਤਰਾ ਹੋ ਜਾਏਗਾ। ਖਿਮਾ ਕਰਦੇ ਨਾ, ਗੁਰਦੁਆਰਿਆਂ ਦੇ ਵਿੱਚ ਕਈ ਥਾਵਾਂ 'ਤੇ ਐਸੇ ਵੀ ਥਾਵਾਂ ਨੇ ਜਿੱਥੇ ਗ੍ਰੰਥੀ ਇਕੱਲਾ ਪ੍ਰਕਾਸ਼ ਕਰਦਾ, ਕੋਈ ਨਾਲ ਚੋੜ ਕਰਨ ਵਾਲਾ ਵੀ ਨਹੀਂ ਹੁੰਦਾ। ਉਸ ਅੰਮ੍ਰਿਤਸਰ ਦੇ ਵਿੱਚ ਵੀ ਜਾਂ ਹੋਰ ਸ਼ਹਿਰਾਂ ਵਿੱਚ ਵੀ ਹੋ ਸਕਦਾ ਹੈ, ਜਿੱਥੇ ਇਕੱਲੇ ਇਕੱਲੇ ਸਿੰਘ ਇਕੱਲਾ ਸਿੱਖ ਪ੍ਰਕਾਸ਼ ਕਰਦਾ ਅਤੇ ਚੋੜ ਕਰਨ ਦੂਜਾ ਬੰਦਾ ਨਹੀਂ ਹੁੰਦਾ। ਇੱਕ ਥਾਂ ਨੂੰ ਅਸੀਂ ਮੰਨ ਲਿਆ ਕਿ ਇਹ ਇੰਨਾ ਵੱਡਾ, ਇੱਕ ਥਾਂ ਇੰਨਾ, ਨਹੀਂ, ਇਹ ਗੁਰਬਾਣੀ ਵਿੱਚ ਕਿਸੇ ਥਾਂ ਦੀ ਕੋਈ ਮਹੱਤਤਾ ਨਹੀਂ ਹੈ। ਭਗਤ ਕਬੀਰ ਜੀ ਦਾ ਵਚਨ ਕਹਿਣ ਲੱਗੇ ਹਰ ਕਾ ਸੇਵਕ ਹਰ ਕਾ ਭਗਤ ਮਰੇ ਹਾਡੰਬੇ ਤਾਂ ਸਗਲੀ ਸਹਿਨ ਤਰਾਈ। ਇਹ ਵਿਚਾਰ ਦਿੱਤਾ ਹੋਇਆ ਸੀ ਕਿ ਜਿਹੜਾ ਮਨੁੱਖ ਗਿਆ ਵਿੱਚ ਜਾ ਕੇ ਮਰੇਗਾ, ਬੋਧ ਵਿੱਚ ਉੱਥੇ ਗਿਆ ਵਿੱਚ ਜਾ ਕੇ ਮਰੇਗਾ ਉਹ ਸਿੱਧਾ ਨਰਕਾਂ ਨੂੰ ਜਾਏਗਾ, ਜਿਹੜਾ ਕਾਸ਼ੀ ਵਿੱਚ ਮਰੇਗਾ ਉਹ ਸਿੱਧਾ ਸੁਰਗ ਨੂੰ ਜਾਏਗਾ। ਭਗਤ ਕਬੀਰ ਜੀ ਸਾਰੀ ਉਮਰ ਕਾਸ਼ੀ ਰਹੇ, ਮਰਨ ਵੇਲੇ ਉਹ ਗਿਆ ਆ ਗਏ ਸਨ। ਅਤੇ ਭਗਤ ਕਬੀਰ ਜੀ ਨੇ ਆਖਿਆ ਭਾਈ ਜਿਸ ਮਨੁੱਖ ਦੇ ਕਰਮ ਚੰਗੇ ਨੇ ਨਹੀਂ, ਭਾਵੇਂ ਉਹ ਕਾਸ਼ੀ 'ਚ ਮਰ ਜਾਏ ਜਾਂ ਭਾਵੇਂ ਉਹ ਗਿਆ ਵਿੱਚ ਜਾ ਕੇ ਮਰ ਜਾਏ, ਜਿਹਦੇ ਕਰਮ ਚੰਗੇ ਨੇ ਜੇ ਉਹ ਗਿਆ ਵਿੱਚ ਵੀ ਜਾ ਕੇ ਮਰ ਜਾਏਗਾ ਤਾਂ ਉਹਦੇ ਨਾਲ ਦੇ ਸੰਗੀ ਸਾਥੀਆਂ ਨੂੰ ਵੀ ਤਾੜ ਲਏਗਾ, ਉਹ ਇਕੱਲੇ ਦਾ ਜੀਵਨ ਤਾਂ ਕੀ। ਰਾਈਟ। ਸੋ ਗੁਰਬਾਣੀ ਵਿੱਚ ਕਿਸੇ ਥਾਂ ਦੀ ਕੋਈ ਮਹੱਤਤਾ ਨਹੀਂ, ਕਿਸੇ ਤੀਰਥ ਦੀ ਮਹੱਤਤਾ ਨਹੀਂ, ਥਾਵਾਂ ਦੇ ਜੇ ਅਸੀਂ ਆਪਣੇ ਧਾਰਮਿਕ ਸਥਾਨ 'ਤੇ ਜਾਣਾ ਹੈ ਤਾਂ ਉੱਥੇ ਇਸ ਕਰਕੇ ਜਾਣਾ ਕਿ ਇੱਥੇ ਸਾਡੇ ਸਤਿਗੁਰੂ ਵਿਚਰੇ, ਉਹਨਾਂ ਨੇ ਕੀ ਉਪਦੇਸ਼ ਦਿੱਤਾ ਹੈ, ਉਸ ਇਤਿਹਾਸ ਲੈਣ ਵਾਸਤੇ, ਗ੍ਰਹਿਣ ਕਰਨ ਵਾਸਤੇ ਜਾਣਾ, ਨਾ ਕਿ ਤੀਰਥ ਯਾਤਰਾ ਦੇ ਮੁੱਖ ਨਾਲ, ਜਿਸ ਤਰ੍ਹਾਂ ਅਸੀਂ ਬਾਕੀ ਧਰਮਾਂ ਦੇ ਵਿੱਚ ਵਿਸ਼ਵਾਸ, ਮੁਬਾਰਕ ਉਹਨਾਂ ਨੂੰ ਜਿਹੜੇ ਮੰਨਦੇ ਨੇ, ਲੇਕਿਨ ਸਿੱਖਾਂ ਦੇ ਵਿੱਚ ਇਹ ਤੀਰਥ ਯਾਤਰਾ ਦਾ ਜਿਹੜਾ ਕੋਨਸੈਪਟ ਨਹੀਂ, ਜਦਕਿ ਉਸ ਥਾਂ ਤੋਂ ਕੀ ਗ੍ਰਹਿਣ ਕਰਨਾ, ਕੀ ਗੁਰੂ ਸਾਹਿਬ ਦਾ ਉੱਥੇ ਕੰਟਰੀਬਿਊਸ਼ਨ ਰਹੀ ਹੈ, ਉਹ ਜਾਣਨਾ ਅਤੇ ਉੱਤੇ ਅੱਗੇ ਕੰਮ ਕਰਨਾ। ਜਿਹੜਾ ਗ੍ਰਹਿਣ ਵੀ ਕਰਕੇ ਆਉਂਦੇ ਆਪਣੇ ਬੰਦੇ, ਉਹ ਕੀ ਕਰਦੇ ਨੇ, ਮੈਂ ਫਲਾਣੀ ਥਾਂ 'ਤੇ ਗਿਆ ਸੀ ਜੀ, ਮੈਂ ਫਲਾਣੀ ਥਾਂ 'ਤੇ ਗਿਆ ਯਾਤਰਾ ਕਰਕੇ ਆਇਆ, ਨਨਕਾਣਾ ਸਾਹਿਬ ਦੀ, ਮੈਂ ਹੇਮਕੁੰਡ ਸਾਹਿਬ ਗਿਆ, ਕੀ ਗ੍ਰਹਿਣ ਕਰਕੇ ਆਉਂਦੇ ਨੇ, ਉੱਥੇ ਲੰਗਰ ਬੜਾ ਵਧੀਆ ਸੀ ਜੀ, ਉਸ ਥਾਂ 'ਤੇ ਪੂੜੀਆਂ ਲੰਗਰ ਲੱਗਦਾ, ਉੱਥੇ ਕਾਲੇ ਛੋਲਿਆਂ ਲੰਗਰ ਲੱਗਦਾ, ਇਹ ਗੱਲ ਸਿੱਖ ਕੇ ਆਉਂਦੇ ਨੇ। ਕੋਈ ਗੁਰੂ ਦਾ ਉਪਦੇਸ਼, ਕੋਈ ਸਿੱਖਿਆ
ਸਾਡੇ ਲੋਕ ਲੈਣ ਤੋਂ ਗੁਰੇਜ਼ ਕਰਦੇ ਨੇ। ਲੋੜ ਹੈ ਗੁਰੂ ਦੇ ਉਪਦੇਸ਼ ਨੂੰ ਹਿਰਦੇ ਧਾਰਨ ਕਰਨ ਦੀ, ਤਾਂ ਜੋ ਇਹਨਾਂ ਵਹਿਮਾਂ ਭਰਮਾਂ ਤੋਂ ਆਪਾਂ ਬਚ ਸਕੀਏ। ਜੀ ਬਿਲਕੁਲ, ਅੱਗੇ ਗੁਰੂ ਸਾਹਿਬ ਕੀ ਉਪਦੇਸ਼ ਕਰਨੇ ਜੀ ਇਸ ਬਾਰੇ ਲੈਣੇ, ਤੁਹਾਡੇ ਤੋਂ ਜਾਣਕਾਰੀ ਛੋਟੀ ਜੀ ਬ੍ਰੇਕ ਤੋਂ ਬਾਅਦ। ਹਰ ਤਰ੍ਹਾਂ ਦੀ ਕਾਨੂੰਨੀ ਸਲਾਹ ਲਈ ਜ਼ਰੂਰਤ ਹੁੰਦੀ ਹੈ ਤਜਰਬੇਕਾਰ ਅਤੇ ਐਕਸਪਰਟ ਲਾਅ ਗਰੁੱਪ ਦੀ, ਜਿੱਥੋਂ ਤੁਹਾਨੂੰ ਸਹੀ ਗਾਈਡੈਂਸ ਮਿਲ ਸਕੇ। ਐਸੀ ਹੀ ਇੱਕ ਲਾਅ ਫਰਮ ਹੈ ਸਬਰਵਾਲ ਲਾਅ ਗਰੁੱਪ, ਜਿੱਥੇ ਤੁਸੀਂ ਆ ਕੇ ਸਹੀ ਕਾਨੂੰਨੀ ਸਲਾਹ ਲੈ ਸਕਦੇ ਹੋ। ਚੰਦਨ ਸਬਰਵਾਲ ਨਾਮਵਰ ਵਕੀਲ ਹਨ ਜੋ ਹੋਰ ਕਾਨੂੰਨੀ ਮਾਹਰਾਂ ਨਾਲ ਫੈਮਿਲੀ ਲਾਅ ਵਿੱਚ ਸਪੈਸ਼ਲਾਈਜ਼ ਕਰਦੇ ਹਨ। ਡਾਇਵੋਰਸ, ਸੈਪਰੇਸ਼ਨ ਐਗਰੀਮੈਂਟ, ਚਾਈਲਡ ਅਤੇ ਸਪਾਊਸਲ ਸਪੋਰਟ, ਸਮਾਲ ਕਲੇਮਸ, ਘਰਾਂ ਦੀ ਖਰੀਦੋ ਫਰੋਖਤ, ਪ੍ਰੋਪਰਟੀ ਡਿਵੀਜ਼ਨ ਆਦਿ ਬਾਰੇ ਇਹਨਾਂ ਦੀ ਐਕਸਪਰਟੀਜ਼ ਦਾ ਫਾਇਦਾ ਜ਼ਰੂਰ ਲਓ। ਕਾਲ ਕਰੋ 6046386998। ਸਵਾਗਤ ਹੈ ਜੀ ਇੱਕ ਵਾਰ ਫਿਰ ਆਪ ਸਭ ਦਾ ਅੱਜ ਦੇ ਇਸ ਰਿਲੀਜੀਅਸ ਸੈਗਮੈਂਟ ਵਿੱਚ। ਮੇਰਾ ਸਾਥ ਦੇਣੇ ਗਿਆਨੀ ਸ਼ਰਨਜੀਤ ਸਿੰਘ ਜੀ, ਅਤੇ 8ਵੀਂ ਪੌੜੀ ਵਿੱਚ ਗੁਰੂ ਨਾਨਕ ਦੇਵ ਜੀ ਸਾਨੂੰ ਕੀ ਉਪਦੇਸ਼ ਕਰ ਰਹੇ ਨੇ ਓਂਕਾਰ ਬਾਣੀ ਦੇ ਵਿੱਚ, ਆਓ ਹੋਰ ਜਾਣਕਾਰੀ ਲੈਣੇ ਨੇ। ਜੀ ਭਾਈ ਸਾਹਿਬ ਜੀ, ਸਤਿਗੁਰੂ ਕਹਿੰਦੇ ਨੇ ਇਹ ਭਾਈ ਅਕਾਲ ਪੁਰਖ ਪਰਮੇਸ਼ਰ ਮਿਹਰ ਕਰਕੇ ਉਹਨਾਂ ਨੂੰ ਵਰਸੈ ਨੀਜਰ ਤਾਰਾ, ਉਹਨਾਂ ਦਾ ਭਾਵ ਨੇੜੇ ਹੋ ਕੇ ਵਰਸੈ ਆਪਣੇ ਪ੍ਰੇਮ ਦੀ ਨਾਮ ਦੀ ਝੜੀ ਲਾ ਦਿੰਦਾ ਹੈ। ਨੀਜਰ ਤਾਰਾ, ਇਹ ਭਾਈ ਅਕਾਲ ਪੁਰਖ ਪਰਮੇਸ਼ਰ ਜਿਸਨੇ ਇਹ ਸਾਰਾ ਸੰਸਾਰ ਰਚਿਆ ਹੈ, ਜਦੋਂ ਕਿਰਪਾ ਕਰਕੇ ਕਿਸੇ ਮਨੁੱਖ ਦੇ ਨੇੜੇ ਹੋ ਕੇ ਹਿਰਦੇ ਵਿੱਚ ਵਸ ਕੇ ਆਪ ਆਪਣੇ ਪ੍ਰੇਮ ਦੀ ਸਿਫਤ ਸਲਾਹ ਦੀ ਵਰਖਾ ਕਰ ਦਿੰਦਾ ਹੈ। ਕਹਿਣਗੇ ਉਹ ਮਨੁੱਖ ਇਹ ਗੱਲ ਨੂੰ ਜਾਣ ਲੈਂਦਾ, ਉੱਤਮ ਸ਼ਬਦ ਸਵਾਰਨਹਾਰਾ, ਗੁਰੂ ਦੇ ਸ਼ਬਦ ਦੇ ਨਾਲ ਚਿੱਤ ਜੋੜ ਕੇ, ਗੁਰੂ ਦੇ ਸ਼ਬਦ ਵਿੱਚ ਚਿੱਤ ਜੋੜ ਕੇ, ਗੁਰੂ ਦੀ ਸਿੱਖਿਆ ਲੈ ਕੇ ਇਹ ਗੱਲ ਜਾਣ ਲੈਂਦਾ ਹੈ ਕਿ ਸਾਰੇ ਸੰਸਾਰ ਨੂੰ ਸਵਾਰਨ ਵਾਲਾ, ਸਾਰੇ ਸੰਸਾਰ ਨੂੰ ਸ਼ਿੰਗਾਰਨ ਵਾਲਾ, ਸੁੰਦਰ ਬਣਾਉਣ ਵਾਲਾ ਕੇਵਲ ਅਤੇ ਕੇਵਲ ਇੱਕ ਪਰਮੇਸ਼ਰ ਹੈ, ਅਤੇ ਉਹ ਪਰਮੇਸ਼ਰ ਸਭਨਾਂ ਦਾ ਸਾਂਝਾ ਹੈ, ਕਿਸੇ ਦਾ ਆਪਣਾ ਨਹੀਂ। ਜਿਵੇਂ ਲੋਕਾਂ ਨੇ ਪਰਮਾਤਮਾ ਦੇ ਨਾਲ ਵੀ ਵੰਡੀਆਂ ਪਾ ਲਈਆਂ, ਪਰਮਾਤਮਾ ਦੀ ਪੂਜਾ ਵੀ ਇੱਕ ਖਾਸ ਵਰਗ ਦੇ ਲੋਕ ਕਰ ਸਕਦੇ ਨੇ, ਦੂਜੇ ਧਰਮ ਦੇ ਦੂਜੇ ਲੋਕ ਉਹਨੂੰ ਮੰਨ ਨਹੀਂ ਸਕਦੇ, ਉਹਦੇ ਮੰਦਰ ਵਿੱਚ ਨਹੀਂ ਜਾ ਸਕਦੇ, ਮੰਦਰਾਂ ਵਿੱਚੋਂ ਲੋਕਾਂ ਨੂੰ ਧੱਕੇ ਦਿੱਤੇ ਜਾਂਦੇ ਰਹੇ। ਪਰ ਬਾਣੀ ਆਖਦੀ ਹੈ, ਭਗਤ ਰਵਿਦਾਸ ਕਹਿੰਦੇ ਨੇ, ਕਹਿੰਦੇ ਦੁਨੀਆਂ ਦੇ ਲੋਕੋ ਇਹ ਚੇਤੇ ਰੱਖਿਓ, ਆਪਨ ਬਾਪੇ ਨਹੀਂ ਕਿਸੇ ਕੋ। ਉਹ ਪਰਮੇਸ਼ਰ ਕਿਸੇ ਇੱਕ ਦਾ ਪਿਓ ਨਹੀਂ ਹੈ। ਕੋਈ ਆਖੇ ਕਿ ਇਹ ਸਾਡਾ ਖਾਸ ਹੈ, ਅਸੀਂ ਖਾਸ ਉੱਚੀ ਜਾਤੀ ਦੇ ਹਾਂ, ਸਾਡਾ ਆਪਣਾ ਹੈ, ਕਹਿਣਗੇ ਉਹ ਕਿਸੇ ਇੱਕ ਦਾ ਨਹੀਂ, ਉਹ ਪਰਮੇਸ਼ਰ ਤਾਂ ਉਹਨਾਂ ਦਾ ਹੈ ਜੋ ਉਹਨੂੰ ਪਿਆਰ ਕਰਦੇ ਨੇ। ਆਪਨ ਬਾਪੇ ਨਹੀਂ ਕਿਸੇ ਕੋ, ਭਾਵਨ ਕੋ ਹਰ ਰਾਜਾ, ਜੋ ਉਹਨੂੰ ਪਿਆਰ ਕਰਦੇ ਨੇ ਹਰੀ ਰਾਜਾ ਪਰਮੇਸ਼ਰ ਉਹਨਾਂ ਦਾ ਹੈ। ਪਰਮਾਤਮਾ ਦੇ ਪ੍ਰੇਮ ਦੇ ਵਿੱਚ ਰਹਿ ਕੇ, ਗੁਰੂ ਦੇ ਸ਼ਬਦ ਵਿੱਚ ਜੋੜ ਕੇ ਮਨੁੱਖ ਇਹ ਗੱਲ ਜਾਣ ਲੈਂਦਾ ਹੈ ਕਿ ਉਹ ਪਰਮਾਤਮਾ ਸਭਨਾਂ ਦਾ ਸਾਂਝਾ ਹੈ। ਤੂੰ ਸਾਂਝਾ ਸਾਹਿਬ ਬਾਪ ਹਮਾਰਾ, ਹੇ ਪ੍ਰਭੂ ਤੂੰ ਸਾਡਾ ਸਭਨਾਂ ਦਾ ਇੱਕੋ ਹੀ ਸਿਰਜਣਹਾਰ ਹੈ, ਸਭਨਾਂ ਦਾ ਪਿਓ ਤੂੰ ਹੀ ਹੈ, ਹੇ ਮਾਲਕ ਅਸੀਂ ਤੇਰੇ ਬੱਚੇ ਤੇਰੇ ਆਸਰੇ ਰਹਿੰਦੇ ਹਾਂ। ਪਰ ਅੱਜ ਇਹ ਵੀ ਸਾਡੇ ਧਰਮ ਦੇ ਵਿੱਚ ਵੀ ਗਿਰਾਵਟ ਆ ਰਹੀ ਹੈ ਕਈ ਥਾਵਾਂ 'ਤੇ, ਹਾਲਾਂਕਿ ਗੁਰਦੁਆਰਿਆਂ ਦੇ ਵਿੱਚ ਕਈ ਗੱਲਾਂ ਬੜੀਆਂ ਸੋਹਣੀਆਂ ਜੋ ਗੁਰੂ ਦੇ ਸਿਧਾਂਤ ਨੇ ਲੋਕਾਂ ਨੂੰ ਉਪਦੇਸ਼ ਸਤਿਗੁਰੂ ਨੇ ਦਿੱਤੇ ਨੇ, ਬੜੇ ਕਮਾਲ ਦੇ ਨੇ, ਅਤੇ ਉਹਨਾਂ 'ਤੇ ਕਈ ਥਾਵਾਂ 'ਤੇ ਗੁਰੂ ਦੇ ਸਿੱਖ ਉਹਨਾਂ ਨੂੰ ਪੂਰਾ ਵੀ ਕਰਦੇ ਨੇ, ਅਪਣਾਉਂਦੇ ਵੀ ਨੇ। ਪਰ ਕਈ ਗੁਰਦੁਆਰਿਆਂ ਦੇ ਵਿੱਚ ਇਹ ਊਚ ਨੀਚ ਦਾ ਜੋ ਭੇਦਭਾਵ ਹੈ, ਜਾਤ ਪਾਤ ਦਾ ਭੇਦਭਾਵ ਹੈ, ਇਹ ਹੁਣ ਵੀ ਵਰਤਿਆ ਜਾਂਦਾ। ਕਈ ਥਾਵਾਂ 'ਤੇ ਨੀਵੀਂ ਜਾਤ ਦੇ ਲੋਕਾਂ ਨੂੰ ਚੌਥੀ ਪਿੱਛੇ ਜਾ ਕੇ, ਚੌਥੇ ਪੌੜੇ ਜਾ ਕੇ ਲੰਗਰ ਛਕਾਇਆ ਜਾਂਦਾ ਹੈ। ਇਹ ਵਰਤਾਰਾ ਜਿਹੜਾ ਗੁਰਮਤ ਤੋਂ ਬਿਲਕੁਲ ਉਲਟ ਹੈ, ਸਿੱਖਾਂ ਨੂੰ ਸੁਚੇਤ ਹੋਣ ਦੀ ਲੋੜ ਹੈ। ਜਿੱਥੇ ਐਸਾ ਵਰਤਾਰਾ ਵਰਤਦਾ ਹੈ ਉਹਨਾਂ ਲੋਕਾਂ ਨੂੰ ਸਮਝਾਉਣ ਦੀ ਜ਼ਰੂਰਤ ਹੈ, ਭਾਈ ਸਿੱਖੀ ਵਿੱਚ ਕੋਈ ਜਾਤ ਪਾਤ ਦਾ ਵਹਿਮ ਭਰਮ, ਊਚ ਨੀਚ ਦਾ ਵਹਿਮ ਭਰਮ ਨਹੀਂ ਹੈ। ਕਿਉਂਕਿ ਗੁਰਸਿੱਖ ਜਾਣਦੇ ਨੇ ਕਿ ਇਹ ਪਰਮੇਸ਼ਰ ਸਾਰੇ ਜੀਵ ਤੇਰੇ ਆਪਣੇ ਬਣਾਏ ਹੋਏ ਨੇ, ਤੂੰ ਸਭਨਾਂ ਦਾ ਆਪਣਾ ਹੈ। ਇਸ ਏਕੇ ਕਾ ਜਾਣੇ ਭੇਵ, ਹੇ ਭਾਈ ਜੋ ਮਨੁੱਖ ਇਸ ਪਰਮੇਸ਼ਰ ਨੂੰ, ਜੋ ਪਰਮੇਸ਼ਰ ਸਭਨਾਂ ਨੂੰ ਸਵਰਨ ਵਾਲਾ ਹੈ, ਉਸਦੇ ਭੇਦ ਨੂੰ ਜਾਣ ਲੈਂਦਾ ਹੈ, ਉਸਦੇ ਰਹੱਸ ਨੂੰ ਜਾਣ ਲੈਂਦਾ ਹੈ। ਕਹਿਣ ਲੱਗੇ ਉਹ ਮਨੁੱਖ ਸਮਝਦਾ ਹੈ ਆਪੇ ਕਰਤਾ ਆਪੇ ਦੇਵ, ਕਿ ਇੱਕ ਪਰਮਾਤਮਾ ਆਪ ਹੀ ਹੈ ਜੋ ਸਾਰੇ ਜਗਤ ਦਾ ਸਿਰਜਣਹਾਰ ਹੈ। ਦੇਵ ਦਾ ਭਾਵ ਹੈ ਚਾਨਣ ਦੇਣ ਵਾਲਾ, ਸਭਨਾਂ ਨੂੰ ਰੋਸ਼ਨੀ ਦੇਣ ਵਾਲਾ, ਗਿਆਨ ਦੇਣ ਵਾਲਾ, ਸਭਨਾਂ ਦੇ ਅੰਦਰ ਆਪਣੀ ਜੋਤ ਟਿਕਾਉਣ ਵਾਲਾ ਉਹ ਪਰਮੇਸ਼ਰ ਆਪ ਹੀ ਹੈ। ਉਸ ਤੋਂ ਇਲਾਵਾ ਕੋਈ ਹੋਰ ਦੂਜੀ ਹਸਤੀ ਐਸੀ ਨਹੀਂ ਹੈ ਜੋ ਜਗਤ ਦੀ ਰਚਨਾ ਕਰ ਸਕੇ, ਜਗਤ ਦਾ ਨਾਸ਼ ਕਰ ਸਕੇ, ਸਭ ਕੁਝ ਕਰਨ ਦੇ ਸਮਰੱਥ ਉਹ ਪਰਮੇਸ਼ਰ ਆਪ ਹੀ ਹੈ। ਉਸ ਪਰਮੇਸ਼ਰ ਦੇ ਨਾਲ ਪ੍ਰਭੂ ਪਿਆਰੇ ਦਾ ਮਨ ਜੁੜ ਜਾਂਦਾ ਹੈ ਜੀ। ਅੱਗੇ 9ਵੀਂ ਪੌੜੀ ਵਿੱਚ ਸਤਿਗੁਰ ਕਿਰਪਾ ਕਰਦੇ ਨੇ, ਉਗਵੈ ਸੂਰ ਅਸੁਰ ਸੰਗਾਰੈ। ਉਗਵੈ ਦਾ ਭਾਵ ਪ੍ਰਕਾਸ਼ ਹੋਣਾ, ਪ੍ਰਗਟ ਹੋਣਾ। ਸੂਰ ਦਾ ਭਾਵ ਸੂਰਜ।
सूरज का भाव गुरु के ज्ञान का प्रकाश जी हे भाई, जदों किसी मनुख के हिरदे विच गुरु के बख्शिश किए ज्ञान का प्रकाश हो जाता है, असुर संघार है, असुर का भाव दैत राक्षस जी, भाव काम क्रोध लोभ मोह अहंकार आदक। हे भाई, गुरु के ज्ञान के प्रकाश होने के नाल, गुरु के ज्ञान का सूरज उदय होने के नाल मनुख के अंदरों काम आदिक विषय विकारा का नाश हो जाता है। जिमें भगत भाई गुरदास जी ने गुरु नानक पातशाह महाराज जी के बारे आख्या कि गुरु नानक महाराज रूपी सूरमा इस संसार में सूरज के वांग प्रगट होया, सतगुरु नानक प्रगटिया मिट्टी धुंद जग चानन होवा, ज्यों कर सूरज निकलिया तारे छपे अंधेर पुलोवा। गुरु नानक दे प्रकाश दे नाल अज्ञानता रूपी वहमा परमा रूपी जो अज्ञानता रूपी तारे सन हनेरा सी ये सारे दूर हो गए। इस तरह गुरु दे ज्ञान दे प्रकाश दे नाल मनुख दे हिरदे विचों विषय विकारां दा नाश हो जांदा है। उगवे सूर असुर संघार है, ऊचो देख शब्द विचार है। ऊचो दा भाव है सदा रहने वाला परमेश्वर जो सब तो श्रेष्ठ है, सब तो उच्चा, सब तो वड्डा है। मनुख गुरु दे शब्द विच चित जोड़ के उस परमेश्वर नू समझदा है जो सब तो उच्चा है, सर्व समर्थावान है जी। ते अपने मन विच ए विचार लियांदा है, गुरु दे शब्द विच चित जोड़ के अपने मन विच ए विचार लियांदा है गुरु दे ज्ञान दे नाल प्रकाश दे नाल के उपर आद अंत ते हुन लोए, तिन्ने लोकां विच तिन्ने भवनां विच जदों तक ये सारा संसार कायम है ओ परमात्मा दा हत ही, उसकी कृपा दा हत ही संसार दे उत्ते है, ओ परमेश्वर सबना दा राखा है, ऊपर आद अंत ते लोए ओ सारे संसार दा राखा सदा सदा वास्ते है। इस विचार नू मनुख अपने मन विच टिकाउंदा है गुरु दे बख्शिश कीते ज्ञान दे नाल। जे मनुख नू अज इस गल दी समझ गुरु दे सिख नू आ जाए कि परमात्मा ही राखा है तां जिन्ने वहमां विच पिया होया उन्हां सबना तों बाहर निकल सकदा है। सतगुरु का वचन है राखा एक हमारा स्वामी सगल कटा का अंतर जामी जी। देखो अज सानू गुरु ते यकीन नहीं है, परमात्मा ते यकीन नहीं है, असी पंडतां कोल जांदे हाँ, धागे लैंदे, तवीत लैंदे, कबरां नू मत्थे टेकदे, उत्थे चदरां जाके चाड़दे हाँ, सारे कर्म कांड। क्यों? क्योंकि सानू यकीन नहीं कि साडा राखा परमेश्वर है। गुरु का वचन बड़ा प्यारा, कहण लगे संग सहाई सो आवे ना चीत, जो बैराई तस उपीत। परमात्मा जो सदा तेरा साथी वह तेनों याद नहीं आता, वह तो नज़र नहीं आता, पर जिन्हों के नाल तेरा कोई मतलब नहीं, जो तेरा कोई सवार नहीं सकते, जो तेरे दुश्मन ने उन्होंने नाल तेरी प्रीत बनी हुई है। आज मनुख गुरु ते यकीन परमेश्वर ते भरोसा नहीं कर रहा, जिस करके भटकना विच पया होया है। पर सतगुरु आखदे ने जिस दे हिरदे विच गुरु दे ज्ञान दा प्रकाश हो जाए हे भाई, उस मनुख नू ए यकीन आ जांदा है कि परमात्मा ही सबना दा राखा है। उन्हों यकीन आ जांदा जिसके सिर ऊपर तू स्वामी सो दुख कैसा पावे, बोल ना जाने माया मद माता मरना चीत ना होवे। वो मनुख विषय विकारां विच अवगुणा दी मौत नहीं मरदा, उन्हों सदा परमात्मा दा भय परमेश्वर दा प्यार उहदे मन विच वसिया रहिंदा है। आपे करै कथै सुनै सोए, उस मनुख नू यकीन आ जाता है, समझदा है कि वह परमात्मा ही सब कुछ करन वाला है, सबना दे कम सवारन वाला है, ते वह परमेश्वर ही आप सारे जीवां दे अंदर बैठा होया सब कुछ बोल रहा है, सबना दे अंदर परमेश्वर वसिया होया है, ते परमेश्वर आप ही सारे कम करदा, सारे कृतकार उस परमेश्वर दे करके है, ते वह परमेश्वर जो सबना अंदर वसिया होया है सबना दे अंदर आप बोल रहा है, ते आप ही सबना दे अंदर बैठ के सब कुछ सुन रहा है। ओ विधाता मन तन दे, ओ परमेश्वर जो जगत नू पैदा करन वाला है, ए मन नू देन बनाउन वाला भी, तन नू बनाउन वाला भी, इस मन नू ते तन नू कढ़न वाला रचन वाला परमेश्वर आप है। ओ विधाता मन मुख सोए, कहन लगे ओ परमेश्वर फिर जो मनुख ये गल जानदा कि परमात्मा राखा है, मन बनाउन वाला, तन बनाउन वाला, सब कुछ रचन वाला है, ओ मनुख इस गल नू समझदा है कि परमात्मा सारे जीवां दे मन विच आप बैठा होया है, सारे जीवां दे अंदर आप ही बोल रहा है, इस गल नू परमेश्वर दा प्यारा समझ लैंदा है। गुरु नानक पातशाह जपजी साहिब विच बड़ी कृपा करदे ने, कहन लगे भाई देख
ਉਹ ਪਰਮੇਸ਼ਰ ਕਿੰਨਾ ਸਮਰੱਥਾ ਵਾਲਾ, ਕਿੰਨਾ ਬੇਅੰਤ ਹੈ। ਉਸ ਨੂੰ ਤਾਂ ਕੋਈ ਮਨੁੱਖ ਇਸ ਤਰ੍ਹਾਂ ਗਾਉਂਦਾ ਹੈ ਕਿ ਉਹ ਜੀਵਾਂ ਦੇ ਸਰੀਰ ਰਚਣ ਵਾਲਾ ਆਪ ਹੈ। ਗਾਵੇ ਕੋ ਸਾਜ ਕਰੇ ਤਨ ਖੇ, ਜੀਵਾਂ ਦੇ ਸਰੀਰ ਰਚਣ ਵਾਲਾ ਅਤੇ ਤਨ ਖੇ ਸਰੀਰਾਂ ਨੂੰ ਸੁਹਾ ਕਰਨ ਵਾਲਾ, ਖਤਮ ਕਰਨ ਵਾਲਾ ਵੀ ਉਹੀ ਹੈ। ਗਾਵੇ ਕੋ ਸਾਜ ਕਰੇ ਤਨ ਖੇ, ਗਾਵੇ ਕੋ ਜੀ ਲੈ ਫਿਰ ਦੇ। ਕੋਈ ਆਖਦਾ ਕਿ ਪਰਮੇਸ਼ੁਰ ਇੰਨਾ ਬੇਅੰਤ ਹੈ ਕਿ ਜੀਵਾਂ ਨੂੰ ਇਸ ਸਰੀਰ ਦੇ ਅੰਦਰ ਉਹ ਜਿੰਦ ਟਿਕਾ ਦਿੰਦਾ ਹੈ ਅਤੇ ਇਸ ਸਰੀਰ ਦੇ ਅੰਦਰੋਂ ਜਿੰਦ ਕੱਢ ਲੈਂਦਾ ਹੈ। ਉਹ ਪਰਮੇਸ਼ੁਰ ਇੰਨਾ ਬੇਅੰਤ ਹੈ, ਇਸ ਗੱਲ ਨੂੰ ਪ੍ਰਭੂ ਪਿਆਰਾ ਜਾਣ ਕੇ ਸਮਝ ਕੇ ਇਹ ਆਖਦਾ ਕਿ ਪਰਮਾਤਮਾ ਸਭਨਾਂ ਦਾ ਰਾਖਾ ਹੈ ਅਤੇ ਉਸ ਪਰਮੇਸ਼ੁਰ ਦੀ ਸ਼ਰਨ ਵਿੱਚ ਰਹਿੰਦਾ। ਉਹ ਇਹੀ ਆਖਦਾ ਹੈ, ਚਰਨ ਕਮਲ ਆਧਾਰ ਜਨਕਾ, ਰਾਸ ਪੂੰਜੀ ਏਕ, ਤਾਣ ਮਾਣ ਦੀਵਾਨ ਸਾਚਾ, ਨਾਨਕ ਕੀ ਪ੍ਰਗਟੇਕ। ਉਸ ਪਰਮੇਸ਼ੁਰ ਨੂੰ ਆਪਣੇ ਮਨ ਦਾ, ਜੀਵਨ ਦਾ ਆਧਾਰ ਬਣਾ ਕੇ ਰੱਖਦਾ ਹੈ। ਪ੍ਰਭ ਜਗ ਜੀਵਨ ਅਵਰ ਨਾ ਕੋਏ, ਨਾਨਕ ਨਾਮ ਰਤੇ ਪਤ ਹੋਏ। ਸਤਿਗੁਰੂ ਆਖਦੇ ਨੇ ਭਾਈ, ਸਾਰੇ ਜਗਤ ਨੂੰ ਜੀਵਨ ਦੇਣ ਵਾਲਾ, ਸਾਰੇ ਜਗਤ ਦਾ ਆਸਰਾ ਇੱਕ ਪਰਮੇਸ਼ੁਰ ਹੀ ਹੈ, ਉਸ ਤੋਂ ਇਲਾਵਾ ਕੋਈ ਹੋਰ ਦੂਜਾ ਨਹੀਂ ਹੈ। ਤੁਧ ਬਿਨ ਦੂਜਾ ਨਾਹੀ ਕੋਏ, ਤੂੰ ਕਰਤਾਰ ਕਰੇ ਸੋ ਹੋਏ, ਤੇਰਾ ਜ਼ੋਰ ਤੇਰੀ ਮਨ ਟੇਕ, ਸਦਾ ਸਦਾ ਜਪ ਨਾਨਕ ਏਕ। ਇਸ ਗੱਲ ਨੂੰ ਪ੍ਰਭੂ ਪਿਆਰਾ ਸਮਝਦਾ ਹੈ ਕਿ ਪਰਮਾਤਮਾ ਸਾਰੇ ਜਗਤ ਦੇ ਜੀਵਨ ਦਾ ਆਸਰਾ ਹੈ, ਸਭਨਾਂ ਨੂੰ ਜੀਵਨ ਦੇਣ ਵਾਲਾ ਹੈ। ਨਾਨਕ ਨਾਮ ਰਤੇ ਪਤ ਹੋਏ, ਹੇ ਨਾਨਕ ਆਖ, ਹੇ ਭਾਈ, ਹੇ ਪੰਡਿਤ, ਹੇ ਪਾਂਡੇ, ਉਸ ਪਰਮੇਸ਼ੁਰ ਦੇ ਨਾਮ ਵਿੱਚ ਚਿੱਤ ਜੋੜ ਕੇ ਹੀ ਮਨੁੱਖ ਨੂੰ ਸੱਚੀ ਇੱਜ਼ਤ ਮਿਲ ਸਕਦੀ, ਸ਼ੋਭਾ ਮਿਲ ਸਕਦੀ ਹੈ। ਜੇ ਉਸਦੇ ਨਾਮ ਨੂੰ ਹਿਰਦੇ 'ਚ ਵਸਾਇਆ ਜਾਏ, ਜੇ ਨਾਮ ਤੋਂ ਟੁੱਟਿਆ ਤਾਂ ਸਦਾ ਭਟਕਣਾ ਹੈ। ਨਾਮ ਨਾਲ ਜੁੜ ਕੇ ਮਨੁੱਖ ਨੂੰ ਇੱਜ਼ਤ ਮਿਲਦੀ ਹੈ। ਤੁਹਾਡਾ ਬਹੁਤ ਧੰਨਵਾਦ ਭਾਈ ਸਾਹਿਬ। ਅਗਲੇ ਪੌੜੀ ਦੇ ਵਿੱਚ ਗੁਰੂ ਸਾਹਿਬ ਕੀ ਉਪਦੇਸ਼ ਕਰਦੇ ਨੇ, ਅਸੀਂ ਆਉਣ ਵਾਲੇ ਪ੍ਰੋਗਰਾਮ ਵਿੱਚ ਸਾਂਝ ਪਾਵਾਂਗੇ। ਧੰਨਵਾਦ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਸ ਨਾਲ ਕਰਦੇ ਹਾਂ ਜੀ ਅੱਜ ਦੇ ਇਸ ਪ੍ਰੋਗਰਾਮ ਦੀ ਇੱਥੇ ਹੀ ਸਮਾਪਤੀ। ਫੀਡਬੈਕ ਜ਼ਰੂਰ ਦੇਣਾ, ਤੁਹਾਡੇ ਕੋਲ ਵੀ ਜੇਕਰ ਕੋਈ ਸਵਾਲ ਹੋਏ ਤਾਂ ਸਾਡੇ ਤੱਕ ਪਹੁੰਚ ਕਰਨਾ, ਤਾਂ ਕਿ ਗਿਆਨੀ ਜੀ ਤੋਂ ਉਸਦਾ ਜਵਾਬ ਲੈ ਕੇ ਵਾਪਸ ਆ ਸਕੀਏ। ਨਹੀਂ ਤਾਂ ਡਾਇਰੈਕਟਲੀ ਵੀ ਤੁਸੀਂ ਗਿਆਨੀ ਜੀ ਨੂੰ ਮਿਲਣਾ ਹੋਏ ਤਾਂ ਗੁਰਦੁਆਰਾ ਬਰੁੱਕ ਸਾਈਡ ਜੋ ਕਿ 140 ਸਟਰੀਟ ਅਤੇ 84 ਐਵਨਿਊ ਦੇ ਕੋਰਨਰ 'ਤੇ ਹੈ, ਉੱਥੇ ਜਾ ਕੇ ਸਾਂਝ ਪਾ ਸਕਦੇ ਹੋ। ਮੇਰੇ ਨਾਲ ਗੱਲਬਾਤ ਕਰਨੀ ਹੋਏ ਤਾਂ 604-603-7555 ਜਾਂ ਫਿਰ ਈਮੇਲ ਜ਼ਰੀਏ ਸੰਪਰਕ ਕਰ ਸਕਦੇ ਹੋ, harpreetsingshow@gmail.com। ਇਹ ਸਾਰੇ ਐਪੀਸੋਡਸ ਤੁਸੀਂ ਦੁਬਾਰਾ ਦੇਖਣਾ ਚਾਹੋ ਤਾਂ youtube.com/harpreetsingshow 'ਤੇ ਜਾ ਕੇ ਦੇਖ ਸਕਦੇ ਹੋ। ਲੈਣਾ ਆ ਗਿਆ, ਫਿਰ ਮੁਲਾਕਾਤ ਕਰਾਂਗੇ, ਤਦ ਤੱਕ ਗੁੱਡ ਬਾਏ।